Sadhu, sadhu, kaun jugat ab ki jai? Sadhu. कौन जुगते अब की जय सदा कौन जुगते अब की जय जाते दुर्मत सकल विनाश जाते दुर्मत सकल विनाश राम भगत जन भी जय राम भगत जन भी जय राम भगत जन भी सदा सदा कौन जुगत अब की कौन जुगत अब की जय मन माया मन माया में उलझ रहा है बुझे नहीं
नगन फिरियो मन माही
ਘਾਟ ਤੀਰਥ ਸਭ ਧਰਤੀ ਭਰਿਆ ਦੁਬਦਾ ਛੁਟ ਕੇ ਨਾਈ ਕੌਣ ਜੁਗਤ ਅਬ ਕੀ ਜੈ ਦੁਬਦਾ ਛੁਟ ਕੇ ਨਾਈ ਇੱਕ ਮਸਲਾ ਜਿਹੜਾ ਜੀਵਨ ਦਾ ਦੁਖਾਂਤ ਬਣ ਚੁੱਕਾ ਹੈ ਉਸ ਮਸਲੇ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਰਾਮਕਲੀ ਰਾਗ ਦੇ ਆਰੰਭਕ ਸ਼ਬਦ ਵਿੱਚ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬਾਣੀ ਦਾ ਆਰੰਭਕ ਸ਼ਬਦ ਉਸ ਵਿੱਚ ਵੀ ਇਹੋ ਸਵਾਲ ਖੜਾ ਕੀਤਾ ਅਤੇ ਉਸ ਤੋਂ ਅਗਲੇ ਸ਼ਬਦ ਵਿੱਚ ਵੀ ਪਹਿਲੇ ਸ਼ਬਦ ਵਿੱਚ ਵੀ ਇਹ ਲਫ਼ਜ਼ ਸਨ ਰੇ ਮਨ ਓਟ ਲਿਹੋ ਹਰ ਨਾਮਾ ਜਾਂ ਕੇ ਸਿਮਰਨ ਦੁਰਮਤ ਨਾਸੇ ਸਭ ਤੋਂ ਵੱਡਾ ਦੁਖਾਂਤ ਜੀਵਨ ਦਾ ਹੈ ਦੁਰਮਤ ਤੇ ਦੁਰਮਤ ਕੋਈ ਜੀਵਨ ਦੇ ਨਾਲ ਹੀ ਆਰੰਭ ਨਹੀਂ ਹੋਈ ਜੀਵਨ ਦਾ ਕੁਛ ਸਮਾਂ ਬੀਤਣ ਤੋਂ ਬਾਅਦ ਆਪਣੀ ਅਣਗਹਿਲੀ ਆਪਣੀ ਬੇਪਛਾਣਗੀ ਆਪਣੀ ਦੂਜੇ ਲਫ਼ਜ਼ਾਂ ਵਿੱਚ ਕਹਿ ਲਓ ਮੂਰਖਤਾ ਉਹਦੇ ਕਾਰਨ ਦੁਰਮਤ ਜੀਵਨ ਵਿੱਚ ਪਸਰ ਗਈ ਮਤ ਤੇ ਜਿਸ ਦਿਨ ਮਨੁੱਖ ਜਨਮ ਲੈਂਦਾ ਕੁਝ ਸਮੇਂ ਬਾਅਦ ਸ਼ੁਰੂ ਹੋ ਜਾਂਦੀ ਪਹਿਲੇ ਪਤਾ ਨਹੀਂ ਲੱਗਦਾ ਆਦਤਾਂ ਸੁਭਾਅ ਬਦਲਦਾ ਫਿਰ ਆਹਿਸਤਾ ਆਹਿਸਤਾ ਮਤ ਦੀ ਪਛਾਣ ਹੋ ਜਾਂਦੀ ਹੈ ਮੈਂ ਪਿਛਲੀ ਵਾਰ ਅਰਜ਼ ਕੀਤੀ ਸੀ ਕਿ ਮਤ ਮਨ ਦੀ ਮਾਂ ਹੈ ਮਨ ਵਿਚਾਰਾਂ ਦਾ ਸੰਗ੍ਰਹਿ ਹੈ ਤੇ ਵਿਚਾਰ ਹੀ ਵਿਹਾਰ ਬਣਦੇ ਨੇ ਜੋ ਜੇ ਵਿਚਾਰ ਹੋਣਗੇ ਉਹ ਜੇ ਮਨੁੱਖ ਦੇ ਕਰਤੱਵ ਵਿਹਾਰ ਕਰਮ ਹੋਣਗੇ ਤੇ ਵਿਹਾਰ ਬਦਲਦੇ ਉਦੋਂ ਨੇ ਜਦੋਂ ਵਿਚਾਰ ਬਦਲਦੇ ਨੇ ਤੇ ਵਿਚਾਰ ਉਦੋਂ ਬਦਲਦੇ ਨੇ ਜਦੋਂ ਬਦਲੇ ਹੋਏ ਵਿਚਾਰਾਂ ਕਾਰਨ ਮਨ ਬਦਲਿਆ ਆਖਦੇ ਨੇ ਹੁਣ ਮੇਰਾ ਮਨ ਬਦਲ ਗਿਆ ਪਰ ਮੈਂ ਫਿਰ ਉੱਥੇ ਆਵਾਂ ਮਨ ਉਦੋਂ ਬਦਲਦਾ ਜਦੋਂ ਮਤ ਬਦਲਦੀ ਕਿਉਂਕਿ ਮਤ ਮਨ ਦੀ ਮਾਂ ਹੈ
ਇਸ ਲਈ ਇੱਥੇ ਮਸਲਾ ਮਤ ਤੋਂ ਸ਼ੁਰੂ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਤ ਦੇ ਬਹੁਤ ਸਾਰੇ ਰੂਪ ਵੱਖਰੇ ਵੱਖਰੇ ਵੀ ਦੱਸੇ ਗਏ ਨੇ, ਬੜੀ ਵੱਡੀ ਲੰਬੀ ਲਿਸਟ ਹੈ। ਮਤ, ਸਮਤ, ਕੁਮਤ, ਉੱਤਮ ਮਤ, ਨੀਚ ਮਤ, ਦੁਰਮਤ, ਗੁਰਮਤ, ਇਹ ਸਾਰੀ ਗੱਲਾਂ ਜਿੰਨੇ ਨਾਮ ਨੇ ਇਹਨਾਂ ਦੇ ਨਾਲ ਮਤ ਐਡ ਹੈ, ਇਹ ਮਤ ਦਾ ਹੀ ਬਦਲਿਆ ਹੋਇਆ ਰੂਪ ਨੇ। ਬਲਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇੱਕ ਥਾਵੇਂ ਆਖਿਆ, ਮਨ ਮਨ ਰੇ ਕੌਣ ਕੁਮਤ ਤੈਂ ਲੀਨੀ, ਕਿਹੜੀ ਭੈੜੀ ਮਤ ਕੁਮਤ ਤੂੰ ਲੈ ਲਈ। ਮਨ ਰੇ ਕੌਣ ਕੁਮਤ ਤੈਂ ਲੀਨੀ, ਉਹਦੀ ਨਿਸ਼ਾਨੀ ਕੀ, ਪਰਦਾਰਾ ਨਿੰਦਾ ਰਸ ਰਚਿਓ ਰਾਮ ਭਗਤ ਨਹੀਂ ਕੀਨੀ, ਇਹ ਕੁਮਤ ਦੀ ਨਿਸ਼ਾਨੀ ਸੀ। ਅਤੇ ਸੰਬੋਧਨ ਮਨ ਨੂੰ ਕੀਤਾ ਗਿਆ ਇਸ ਲਈ ਕਿਉਂਕਿ ਮਨ ਨੇ ਮਤ ਵਿੱਚੋਂ ਜਨਮ ਲਿਆ। ਹੁਣ ਮਸਲਾ ਅੱਗੇ ਆਇਆ ਸੀ ਕਿ ਦੁਰਮਤ ਜਿਹੜੀ ਹੈ ਉਹ ਮਨ ਨੂੰ ਕੁਰਾਹੇ ਕਿਉਂ ਪਾਉਂਦੀ ਹੈ, ਅਤੇ ਮਨ ਜਦੋਂ ਕੁਰਾਹੇ ਪੈ ਜਾਂਦਾ ਹੈ ਉਦੋਂ ਵਿਹਾਰ ਵਿਚਾਰ ਸਭ ਕੁਰਾਹੇ ਪੈ ਜਾਂਦੇ ਨੇ। ਜਿੰਨੀਆਂ ਬੁਰਾਈਆਂ ਮਨੁੱਖ ਵਿੱਚ ਆਉਂਦੀਆਂ ਨੇ ਉਹ ਮਨ ਦੇ ਕੁਰਾਹੇ ਪੈਣ ਵਿੱਚ ਆਉਂਦੀਆਂ ਨੇ, ਅਤੇ ਮਨ ਕੁਰਾਹੇ ਪੈਂਦਾ ਜਦੋਂ ਉਹਨੂੰ ਦੁਰਮਤ ਮਿਲਦੀ ਹੈ, ਭੈੜੀ ਮਤ। ਮੈਂ ਇੱਕ ਵਾਰ ਕੀਤੀ ਸੀ ਕੀ ਕਾਰਨ ਹੈ ਕਿ ਜੇ ਚੰਗਾ ਪੁੱਤਰ ਪੈਦਾ ਹੋਵੇ ਤੇ ਮਾਂ ਦੀ ਸਿਫਤ ਹੈ, ਚੰਗਿਆਈਆਂ ਤਾਂ ਪੁੱਤਰ ਵਿੱਚ ਨੇ, ਤੇ ਮਾਂ ਨੂੰ ਆਖਿਆ ਜਾ ਰਿਹਾ ਧਨ ਜਨਨੀ ਜਨ ਜਾਇਆ, ਤੇ ਦੂਜੇ ਪਾਸੇ ਲਫਜ਼ ਆਏ ਸਨ ਕਿ ਜੇ ਪੁੱਤਰ ਮਾੜਾ ਹੋਵੇ ਜੈ ਕੁੱਲ ਪੂਤ ਨਾ ਗਿਆਨ ਵਿਚਾਰੀ, ਅਤੇ ਉੱਥੇ ਸਜ਼ਾ ਮਾਂ ਨੂੰ ਕਿ ਮਾਂ ਵਿਧਵਾ ਕਿਉਂ ਨਾ ਹੋ ਗਈ ਪੁੱਤਰ ਦੇ ਜਨਮ ਤੋਂ ਪਹਿਲਾਂ, ਵਿਧਵਾ ਕਸ ਨਾ ਕਹੀ ਮਾਤਾਰੀ। ਫਿਰ ਇਹ ਵੀ ਕਹਿ ਦਿੱਤਾ ਜੇ ਨਰ ਰਾਮ ਭਗਤ ਨਹੀਂ ਸਾਧੀ ਜਨਮਤ ਕਸ ਨਾ ਮੋਇਓ ਅਪਰਾਧੀ, ਜੇ ਮਾਂ ਵਿਧਵਾ ਨਹੀਂ ਵੀ ਹੋਈ ਪੁੱਤਰ ਨੇ ਜਨਮ ਲੈ ਲਿਆ ਤਾਂ ਜੰਮਦਾ ਹੀ ਮਰ ਕਿਉਂ ਨਾ ਗਿਆ, ਜਨਮਤ ਕਸ ਨਾ ਮੋਇਓ ਅਪਰਾਧੀ। ਪਰ ਇਹ ਗੱਲ ਇਹ ਸਜ਼ਾ ਮਾਂ ਤੋਂ ਕਿਉਂ ਸ਼ੁਰੂ ਹੋਈ, ਕਿਉਂਕਿ ਮਾਂ ਮਾਤਾ ਮਤ ਦੁਰਮਤ ਦੀ ਹੈ। ਇੱਥੇ ਹੁਣ ਗੱਲ ਮਸਲਾ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਸ ਤੋਖਲੇ ਨੂੰ ਵਾਰ ਵਾਰ ਕਿਉਂ ਸਾਹਮਣੇ ਰੱਖਿਆ ਹੈ। ਉੱਥੇ ਵੀ ਆਖਿਆ ਰੇ ਮਨ ਰਾਮ ਜਪ
ਤਾਂ ਕਿ ਦੁਰਮਤ ਨਸ ਜਾਏ। ਰੇ ਮਨ ਉਠ ਲਿਓ ਹਰਨਾਮਾ, ਜੰਗ ਕੇ ਸਿਮਰਨ ਦੁਰਮਤ ਨਾਸੇ। ਕਿਸੇ ਤਰ੍ਹਾਂ ਦੁਰਮਤ ਮਰ ਜਾਏ, ਮਾਂ ਮਰ ਜਾਏ। ਲੋਕਾਂ ਨੇ ਜਿਹੜੀਆਂ ਕਹਾਵਤਾਂ ਬਣਾਈਆਂ ਨੇ ਉਹਦੇ ਪਿੱਛੇ ਵੀ ਕੁਛ ਕਾਰਨ ਨੇ। ਲੋਕ ਆਖਦੇ ਨੇ ਚੋਰ ਨੂੰ ਨਾ ਮਾਰਿਓ, ਚੋਰ ਦੀ ਮਾਂ ਨੂੰ ਮਾਰਿਓ ਜਿਹਨੇ ਚੋਰ ਨੂੰ ਜਨਮ ਦਿੱਤਾ। ਇਹ ਆਮ ਕਹਾਵਤ ਹੈ ਪੰਜਾਬੀ ਦੀ। ਉਹਦਾ ਕਾਰਨ ਕੀ ਹੈ? ਕਿਉਂਕਿ ਚੋਰ ਨੂੰ ਚੋਰੀ ਸਿਖਾਉਣ ਵਾਲੀ ਮਾਂ ਹੈ। ਬਲਕਿ ਮੈਂ ਹੈਰਾਨ ਹੁੰਦਾ ਜਦੋਂ ਦੇਖਣਾ ਵਾਲਮੀਕ ਵਰਗਾ ਮਹਾਂਪੁਰਸ਼ ਪੈਦਾ ਹੋਇਆ, ਪਰ ਉਦੋਂ ਪੈਦਾ ਹੋਇਆ ਜਦੋਂ ਉਹ ਮਾਂ ਦੀ ਉਹ ਸਿੱਖਿਆ ਤੋਂ ਬਾਹਰ ਨਿਕਲਿਆ। ਉਹਦੇ ਸਾਹਮਣੇ ਦੋ ਸਿੱਖਿਆ ਆਈਆਂ। ਪਹਿਲੀ ਸੀ ਮਾਂ ਦੀ। ਕਹਿੰਦੇ ਨੇ ਇੱਕ ਦਿਨ, ਇਤਿਹਾਸ ਆ, ਇੱਕ ਦਿਨ ਉਹਨੇ ਕਿਸੇ ਰਾਹ ਮਾਰ ਸੀ ਨਾ ਬੈਠਾ ਵਾਲਮੀਕ ਬਟਵਾਰਾ, ਇੱਕ ਦਿਨ ਕਿਸੇ ਬੰਦੇ ਨੂੰ, ਮਨੁੱਖ ਨੂੰ ਮਾਰ ਕੇ ਉਹਦੀ ਜੇਬ ਫਰੋਲੀ ਅਤੇ ਵਿੱਚੋਂ ਨਿਕਲਿਆ ਇੱਕ ਟਕਾ, ਦੋ ਪੈਸੇ ਲੈ ਕੇ ਘਰ ਆ ਗਿਆ। ਮਾਂ ਨੂੰ ਆਖਣ ਲੱਗਾ, ਮਾਂ ਮੈਂ ਇਹ ਕੰਮ ਛੱਡ ਦੇਣਾ, ਮੈਂ ਇਹ ਕੰਮ ਛੱਡ ਦੇਣਾ। ਕਿਉਂ? ਆ ਵੇਖ, ਬੰਦਾ ਮਾਰ ਦਿੱਤਾ ਅਤੇ ਜੇਬ ਵਿੱਚੋਂ ਨਿਕਲੇ ਨੇ ਇੱਕ ਟਕਾ, ਇੱਕ ਟਕੇ ਪਿੱਛੇ ਬੰਦਾ ਮਾਰ ਦਿੱਤਾ। ਅਤੇ ਕਹਿੰਦੇ ਨੇ ਮਾਂ ਉਸ ਵਕਤ, ਵਾਲਮੀਕ ਦੀ ਮਾਂ ਨੇ ਉਸ ਵਕਤ ਇਹ ਗੱਲ ਆਖੀ, ਉਹ ਉਸ ਨੇ ਟਕਾ ਫੜਿਆ, ਬਾਜ਼ਾਰੋਂ ਜਾ ਕੇ ਛੋਟੀਆਂ ਛੋਟੀਆਂ ਮੱਛੀਆਂ 10-20 ਮਿਲ ਗਈਆਂ, ਲੈ ਆਈ। ਕਹਿਣ ਲੱਗੀ, ਬੇਟਾ ਇਸ ਮਛਲੀ ਵਿੱਚ ਵੀ ਤਾਂ ਉਹ ਹੀ ਜਾਨ ਹੈ ਜਿਹੜੀ ਤੂੰ ਇੱਕ ਦੀ ਲਈ ਹੈ। ਆ ਵੇਖ ਲੈ, ਇੱਕ ਟਕੇ ਪਿੱਛੇ ਇਸ ਮਛਲੀ ਨੇ 20 ਮਛਲੀਆਂ ਦੀ ਜਾਨ ਲਈ ਹੈ, ਤੂੰ ਤਾਂ ਇੱਕੋ ਦੀ ਲਈ ਹੈ। ਫਿਰ ਕੁਹਾੜਾ ਹੱਥ 'ਚ ਫੜਾ ਦਿੱਤਾ। ਉਹ ਵੀ ਮਤ ਸੀ, ਅਤੇ ਉਹ ਵੀ ਮਤ ਸੀ ਜਿਹਦਾ ਜ਼ਿਕਰ ਭਾਈ ਗੁਰਦਾਸ ਨੇ ਕੀਤਾ, ਵਾਟੇ ਮਾਨਸ ਮਾਰਦਾ ਬੈਠਾ ਵਾਲਮੀਕ ਬਟਵਾਰਾ। ਇਹ ਹੋਇਆ ਕਿ ਪੂਰਾ ਸਤਿਗੁਰ ਭੇਟਿਆ, ਮਨ ਵਿੱਚ ਹੋਇਆ ਖਿੰਝੋ ਤੈੜਾ। ਜਿਸ ਦਿਨ ਕੋਈ ਸਾਧੂ ਸਤਿਗੁਰੂ ਮਿਲਿਆ, ਉਸ ਦਿਨ ਆਖਿਆ, ਭਲਿਆ ਤੂੰ ਇਹ ਪਾਪ ਕਿਉਂ ਕਰਨਾ, ਮੈਨੂੰ ਮਾਰ ਦੇ, ਮੈਨੂੰ ਕੋਈ ਦੁੱਖ ਨਹੀਂ, ਪਰ ਮੈਂ ਤੇਰੇ ਕੋਲੋਂ ਪੁੱਛਣਾ ਚਾਹੁੰਦਾ ਤੂੰ ਇਹ ਪਾਪ ਕਿੰਨਾ ਲਈ ਕਰਨਾ, ਮੇਰੇ ਮਗਰ ਪਰਿਵਾਰ ਬੈਠਾ, ਬਹੁ ਪ੍ਰਪੰਚ ਕਰ ਪਰਧਨ ਲਿਆਵੇ, ਸੁਤਦਾਰਾ ਪੈ ਆਣ ਲੁਟਾਵੇ, ਮਨ ਮੇਰੇ ਭੁੱਲੇ ਕਪਟ ਨਾ ਕੀ ਜਾਏ, ਅੰਤ ਨਵੇਰਾ ਤੇਰੇ ਜੀ ਪੈ ਲਈ ਜਾਏ, ਉਹਨਾਂ ਦੀ ਪਾਲਣਾ ਕਰਾਂਗਾ। ਜੇ ਠੀਕ ਹੈ, ਪਰ ਹਿਸਾਬ ਤਾਂ ਦੇਣਾ ਤੈਨੂੰ ਪੈਣਾ, ਉਦੋਂ ਉਹ ਤੇਰਾ ਸਾਥ ਦੇਣਗੇ, ਤੂੰ ਇਉਂ ਕਰ, ਮੈਂ ਇੱਥੇ ਹੀ ਖਲੋਤਾ, ਸਾਧੂ ਨੇ ਆਖਿਆ, ਮੈਂ ਤੇਰੇ ਨਾਲ ਬਚਨ ਕਰਨਾ, ਮੈਂ ਇੱਥੋਂ ਜਾਂਦਾ ਨਹੀਂ, ਤੂੰ ਆ ਕੇ ਮੈਨੂੰ ਮਾਰ ਦੇਈ, ਪਰ ਇੱਕ ਵਾਰੀ ਪੁੱਛ ਲੈ ਉਹਨਾਂ ਕੋਲੋਂ ਵੀ ਜਦੋਂ ਹਿਸਾਬ ਦੇਣਾ ਪਏਗਾ, ਜਦੋਂ ਮੈਨੂੰ ਸਜ਼ਾ ਮਿਲੇਗੀ, ਉਦੋਂ ਤੁਸੀਂ ਮੇਰਾ ਸਾਥ ਦਿਓਗੇ।
ਘਰ ਵਿੱਚ ਪੁੱਛਣ ਘੱਲਿਆ। ਭਾਈ ਗੁਰਦਾਸ ਨੇ ਲਿਖਿਆ ਘਰ ਵਿੱਚ ਪੁੱਛਣ ਘੱਲਿਆ, ਅੰਤ ਕਾਲਾ ਹੈ ਕੋਈ ਅਸਾੜਾ, ਤੇ ਉਹ ਕੋੜਮਣਾ, ਉਹ ਕੁਟੁੰਬ, ਉਹ ਪਰਿਵਾਰ ਦੇ ਜੀ ਜਿਹੜੇ ਵਾਰੇ ਵਾਰੇ ਜਾਂਦੇ ਸਨ ਜਦੋਂ ਖਾਂਦੇ ਸਨ, ਉਹਨਾਂ ਦਾ ਇੱਕ ਜਵਾਬ ਸੀ ਮਾਂ ਸਮੇਤ। ਭਾਈ ਗੁਰਦਾਸ ਜੀ ਨੇ ਲਿਖਿਆ, ਕਹਿਣ ਲੱਗੇ ਕੋੜਮਣਾ ਚੌਖਣੀਏ ਕੋਏ ਨਾ ਬੇਲੀ ਕਰਦੇ ਝਾੜਾ। ਸਾਰਿਆਂ ਨੇ ਝਾੜ ਕੇ ਗੁੱਸੇ ਨਾਲ ਆਖਿਆ ਕੀ ਸਵਾਲ ਕਰਨ ਲੱਗਾ, ਅੰਤ ਵੇਲੇ ਤੇਰੇ ਨਾਲ ਅਸੀਂ ਮਰਾਂਗੇ, ਤੇਰੇ ਨਾਲ ਅਸੀਂ ਜਾਵਾਂਗੇ, ਨਹੀਂ ਜਾਣਾ। ਹੁਣ ਮਤ ਦੋਹਾਂ ਦੀ ਸੀ, ਇੱਕ ਮਾਂ ਦੀ ਸੀ, ਇੱਕ ਗੁਰੂ ਦੀ ਸੀ। ਗੁਰੂ ਦੀ ਮਤ ਨੇ ਇਹੋ ਜਿਹਾ ਬਦਲਿਆ ਕਿ ਉਹ ਦੁਰਮਤ ਜਿਹੜੀ ਮਾਂ ਰੂਪੀ ਮਤ ਦੀ ਆਈ ਸੀ ਉਹ ਨਾਸ ਹੋ ਗਈ। ਉਹੀ ਵਾਲਮੀਕ ਰਿਸ਼ੀ ਬਣ ਗਿਆ, ਉਹ ਵਾਲਮੀਕ ਮਹਾਨ ਭਗਤ ਬਣ ਗਿਆ। ਵਾਲਮੀਕ ਸੁਚਾਰੇ ਉਤਰੇ ਹੋ, ਗੁਰੂ ਨੇ ਬਾਣੀ ਵਿੱਚ ਕਹਿ ਤੂੰ। ਮੈਂ ਅਰਜ਼ ਕਰ ਰਿਹਾ ਸਾਂ ਮਾਂ ਮਤ ਹੈ। ਬਦਕਿਸਮਤੀ ਨਾਲ ਜੇ ਕਿਸੇ ਮਨੁੱਖ ਨੂੰ ਇਹੋ ਜਿਹੀ ਮਤ ਮਿਲ ਜਾਏ, ਕਿਉਂਕਿ ਮਤ ਦੋਨੋਂ ਚੀਜ਼ਾਂ ਜਿਹੜੀਆਂ ਨੇ ਮਤ ਦੀ ਦੇ ਸੰਬੰਧ ਵਿੱਚ ਉਹ ਬਾਹਰੋਂ ਮਿਲਦੀਆਂ ਨੇ, ਜਨਮ ਦੇ ਨਾਲ ਨਹੀਂ ਪੈਦਾ ਹੁੰਦੀਆਂ। ਹਾਲਾਂਕਿ ਮਤ 'ਤੇ ਕਬਜ਼ਾ ਕੀਤਾ ਬ੍ਰਾਹਮਣ ਨੇ, ਉਹਨੇ ਆਖਿਆ ਸਿਰਫ ਮਤ ਮੇਰੇ ਕੋਲੋਂ ਲਈ, ਹੋਰ ਕਿਸੇ ਦੀ ਮਤ 'ਤੇ ਨਾ ਜਾਈ। ਹੈ ਤੇਰੇ ਕੋਲੋਂ ਮਤ ਲਵਾਂ, ਕਿੱਥੇ ਆ ਕੇ ਲਵਾਂ? ਕਹਿਣ ਲੱਗਾ ਕਾਸ਼ੀ ਆ ਕੇ। ਗੁਰੂ ਨੇ ਬਾਣੀ ਵਿੱਚ ਆਵਾਜ਼ ਦਿੱਤੀ, ਕਹਿਣ ਲੱਗੇ ਨਾ ਕਾਸ਼ੀ ਮਤ ਉਪਜੈ, ਨਾ ਕਾਸ਼ੀ ਮਤ ਉਪਜੈ, ਨਾ ਕਾਸ਼ੀ ਮਤ ਜਾਏ, ਸਤਿਗੁਰ ਮਿਲਿਆ, ਸਤਿਗੁਰ ਮਿਲਿਆ ਮਤ ਉਪਜੈ ਤਾਂ ਇਹ ਸੋਝੀ ਪਾਏ। ਬ੍ਰਾਹਮਣ ਆਖਦਾ ਸੀ ਚੰਗੀ ਮਤ ਕੇਵਲ ਮੇਰੇ ਕੋਲੋਂ ਮਿਲਣੀ ਹੈ, ਕਿਉਂਕਿ ਮੈਂ ਵੇਦਾਂ ਸ਼ਾਸਤਰਾਂ ਦਾ ਪਾਠ ਕੀਤਾ ਹੈ, ਮੈਂ ਪੜ੍ਹਿਆ। ਪਰ ਗੁਰੂ ਨੇ ਆਵਾਜ਼ ਦਿੱਤੀ, ਕਹਿਣ ਲੱਗੇ ਲਿਖ ਲਿਖ ਪੜ੍ਹਿਆ ਤੇ ਤਾਕੜਿਆ, ਲਿਖ ਪੜ੍ਹਿਆ ਤੇ ਤਾਕੜਿਆ, ਬਹੁ ਤੀਰਥ ਭਵਿਆ ਤੇ ਤੋ ਲਵਿਆ, ਬਹੁ ਵੇਖ ਕੀਆ ਦੇਹੀ ਦੁੱਖ ਦੀਆ, ਸਹੁਵੇ ਜੀਆ ਆਪਣਾ ਕੀਆ, ਅੰਨ ਨਾ ਖਾਇਆ ਸਾਧ ਗਵਾਇਆ, ਬਹੁਤ ਦੁੱਖ ਪਾਇਆ ਦੂਜੇ
ਜਾ ਬਹਾਇਆ ਬਸਤਰ ਨਾ ਪੈਰ ਐਨਸ ਕਰ ਮੁਨ ਵਿਗੁਤਾ ਕਿਉਂ ਜਾਗੇ ਗੁਰ ਬਿਨ ਸੂਤਾ ਕਿਉਂਕਿ ਗੱਲ ਦੁਰਮਤ ਤੋਂ ਚੱਲ ਕੇ ਗੁਰਮਤ ਤੇ ਆਉਣੀ ਸੀ ਮਨੁੱਖ ਉਸ ਦਿਨ ਵੀ ਲਫਜ਼ ਆਏ ਸਨ ਦੁਰਮਤ ਦਾ ਆਖਰੀ ਅਰਥ ਹੈ ਦੁਸ਼ਮਣ ਦੇ ਵਿਚਾਰ ਉਹ ਮਤ ਜਿਹੜੀ ਦੁਸ਼ਮਣ ਦੇਵੇ ਅਤੇ ਮੈਂ ਉਸ ਦਿਨ ਅਰਜ਼ ਕੀਤੀ ਸੀ ਦੁਸ਼ਮਣ ਕਦੇ ਚੰਗੀ ਮਤ ਨਹੀਂ ਦਿੰਦਾ ਉਹ ਹਮੇਸ਼ਾ ਮਾੜੀ ਮਤ ਦਿੰਦਾ ਅਤੇ ਉਸ ਮਤ 'ਤੇ ਚੱਲ ਚੱਲ ਕੇ ਮਨੁੱਖ ਜੀਵਨ ਬਰਬਾਦ ਕਰ ਲੈਂਦਾ ਇਸ ਲਈ ਗੁਰੂ ਨੇ ਤੋਖਲਾ ਜ਼ਾਹਿਰ ਕੀਤਾ ਕਹਿਣ ਲੱਗੇ ਮੈਂ ਚਾਹੁੰਦਾ ਕਿਸੇ ਤਰ੍ਹਾਂ ਇਹ ਦੁਰਮਤ ਨਾਸ ਹੋ ਜਾਏ ਦੁਰਮਤ ਨਾਸ ਹੋ ਜਾਏ ਪਹਿਲੇ ਸ਼ਬਦ ਵਿੱਚ ਰਾਮਕਲੀ ਵਿੱਚ ਇਹ ਲਫਜ਼ ਵਰਤੇ ਬਲਕਿ ਇਦੋਂ ਪਹਿਲਾਂ ਇੱਕ ਸ਼ਬਦ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਹੀ ਆਇਆ ਜਿਹਦੇ ਲਫਜ਼ ਸਨ ਕਿ ਮੈਂ ਇਸ ਮਨ ਨੂੰ ਬਹੁਤ ਸਮਝਾਇਆ ਸੀਖ ਸਿਖਾਏ ਰਹੋ ਆਪਣੀ ਸੀ ਦੁਰਮਤ ਤੇ ਨਾ ਟਰੇ ਮੈਂ ਇਹਨੂੰ ਬੜੀ ਸਿੱਖਿਆ ਦਿੱਤੀ ਆਪਣੀ ਪਰ ਇਹ ਮਨ ਦੁਰਮਤ ਤੋਂ ਨਹੀਂ ਟਲਿਆ ਉਹਦਾ ਸਾਥ ਇਹਨੇ ਨਹੀਂ ਛੱਡਿਆ ਕਿਉਂ ਕਿਉਂਕਿ ਦੁਰਮਤ ਇਸ ਨੂੰ ਪਿਆਰੀ ਲੱਗੀ ਸਤਿਗੁਰ ਨੇ ਬਾਣੀ ਅੰਦਰ ਇੱਕ ਥਾਂ 'ਤੇ ਬੜੇ ਖੂਬਸੂਰਤ ਲਫਜ਼ ਵਰਤੇ ਨੇ ਕਹਿੰਦੇ ਨੇ ਦੁਰਮਤ ਮਦ ਜੋ ਪੀਵਤੇ ਬਿਖਲੀ ਪਤ ਕਮਲੀ ਦੁਰਮਤ ਕੀ ਹੈ ਇੱਕ ਮਦ ਨਸ਼ਾ ਸ਼ਰਾਬ ਅਤੇ ਨਸ਼ਾ ਕਰਨ ਵਾਲਾ ਜਿਹੜਾ ਹੈ ਉਹ ਤਾਂ ਸਭ ਕੁਝ ਭੁੱਲ ਜਾਂਦਾ ਨਾ ਉਹਨੂੰ ਪਰਿਵਾਰ ਦੇ ਜੀਆਂ ਦੀ ਪਛਾਣ ਰਹਿੰਦੀ ਹੈ ਜਦੋਂ ਨਸ਼ਾ ਹੀ ਹੋ ਜਾਏ ਨਾ ਉਸਨੂੰ ਆਪਣੇ ਆਪ ਦੀ ਪਛਾਣ ਰਹਿੰਦੀ ਹੈ ਨਾ ਚੰਗੇ ਮੰਦੇ ਦੀ ਪਛਾਣ ਰਹਿੰਦੀ ਹੈ ਜਿੰਨੇ ਉਪਦਰਵ ਜਿੰਨੇ ਸੰਸਾਰ ਅੰਦਰ ਕਤਲ ਅਤੇ ਇਸ ਕਿਸਮ ਦਾ ਜੇ ਸੰਸਾਰ ਅੰਦਰ ਕਰਤੱਵ ਹੁੰਦਾ ਉਹਦੇ ਪਿੱਛੇ 90% ਖਲੋਤਾ ਹੀ ਨਸ਼ਾ ਹੈ ਅਤੇ ਨਸ਼ਾ ਜਿਹੜਾ ਹੈ ਉਹ ਮਤ ਨੂੰ ਬੇਪੱਤ ਕਰ ਦਿੰਦਾ ਹੈ ਉਹਨੂੰ ਤਾਂ ਉਦੋਂ ਇਹ ਵੀ ਨਹੀਂ ਪਤਾ ਹੁੰਦਾ ਕਿ ਮੈਂ ਕੌਣ ਹਾਂ ਆਪਣਾ ਘਰ ਵੀ ਭੁੱਲ ਜਾਂਦਾ ਹੈ ਆਪਣਾ ਆਪ ਵੀ ਭੁੱਲ ਜਾਂਦਾ ਹੈ ਆਪਣੀ ਦੌਲਤ ਵੀ ਭੁੱਲ ਜਾਂਦਾ ਹੈ ਅਤੇ ਸਤਿਗੁਰੂ ਨੂੰ ਇਹੋ ਗੱਲ ਬਾਣੀ ਵਿੱਚ ਆਖ ਦਿੱਤੀ ਕਹਿਣ ਲੱਗੇ ਜਿਹੜੇ ਦੁਰਮਤ ਦੀ ਮਦ 'ਚ ਨਸ਼ਾ ਪੀ ਲੈਂਦੇ ਨੇ ਜਿਹੜੇ ਭੈੜੀ ਮਤ ਦੇ ਨਸ਼ੇ ਵਿੱਚ ਆ ਜਾਂਦੇ ਨੇ ਉਹ ਮਨ ਨੂੰ ਕਮਲੇ ਹੋ ਜਾਂਦੇ ਨੇ ਸਤਿਗੁਰੂ ਕਹਿੰਦੇ ਨੇ ਗੁਰਮਤ ਮਦ ਜੋ ਪੀਵਤੇ ਗੁਰਮਤ ਮਦ ਜੋ ਪੀਵਤੇ ਬਿਖਲੀ ਪਤ ਕਮਲੀ ਰਾਮ ਰਸਾਇਣ ਜੋ ਰਤੇ ਰਾਮ ਰਸਾਇਣ ਜੋ ਰਤੇ ਨਾਨਕ ਸਾ
ਸੱਚ ਅਮਲੀ ਚੰਗਾ ਨਸ਼ਾ ਹੈ ਜਿਹੜੇ ਨਾਮ ਦਾ ਨਸ਼ਾ ਲੈਂਦੇ ਨੇ, ਜਿਹੜੇ ਦੁਰਮਤ ਦਾ ਨਸ਼ਾ ਲੈ ਕੇ ਆਪਣੇ ਆਪ ਨੂੰ ਕੁਰਾਏ ਪਾ ਕੇ ਭੈੜੇ ਕਰਮਾਂ ਅੰਦਰ ਜੀਵਨ ਬਿਤਾਉਂਦੇ ਨੇ, ਉਹ ਆਪਣਾ ਸਭ ਕੁਝ ਭੁੱਲ ਜਾਂਦੇ ਨੇ। ਅਤੇ ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖੀ, ਕਹਿਣ ਲੱਗੇ ਮੈਂ ਦੇਖਦਾ ਕੀ ਹਾਂ, ਬਸਤਰ ਨਾ ਪਹਿ ਰਹੇ, ਐਨਸ ਕਹਿ ਰਹੇ, ਮੌਨ ਵਿਗੁੱਤਾ ਕਿਉਂ ਜਾਗੇ ਗੁਰਬਿਨ ਸੂਤਾ। ਹੁਣ ਮੁਕਾਬਲੇ 'ਤੇ ਦੋ ਹੀ ਚੀਜ਼ਾਂ ਖੜੀਆਂ ਨੇ, ਇੱਕ ਪਾਸੇ ਦੁਰਮਤ, ਇੱਕ ਪਾਸੇ ਗੁਰਮਤ, ਇੱਕ ਪਾਸੇ ਸੱਜਣ ਦੀ ਮੱਤ, ਇੱਕ ਪਾਸੇ ਦੁਸ਼ਮਣ ਦੀ ਮੱਤ। ਸਤਿਗੁਰੂ ਨੇ ਇਸੇ ਲਈ ਬਾਣੀ ਅੰਦਰ ਗੁਰੂ ਨੂੰ ਸੱਜਣ ਆਖਿਆ ਹੈ, ਸਤਿਗੁਰੂ ਤੋਂ ਬਲਕਿ ਇੱਥੋਂ ਤੱਕ ਆਖਿਆ ਆਪਣੀ ਰਸਨਾ ਤੋਂ, ਸਤਿਗੁਰ ਮਿੱਤਰ ਮੇਰਾ ਬਾਲ ਸਖਾਈ। ਸਤਿਗੁਰੂ ਕੈਸਾ ਮਿੱਤਰ ਹੈ, ਬਾਲ ਸਖਾਈ ਮਿੱਤਰ ਤੱਕ ਹੀ ਹੁੰਦੀ ਹੈ। ਛੋਟੀਆਂ ਛੋਟੀਆਂ ਗੱਲਾਂ ਗਹਿਰਾਈ ਵਿੱਚ ਲਿਜਾਂਦੀਆਂ ਨੇ। ਮਨੁੱਖ ਆਪਣੇ ਜੀਵਨ ਅੰਦਰ ਬੜੇ ਮਿੱਤਰ ਬਣਾਉਂਦਾ ਹੈ, ਖਾਸ ਵੀ ਰੱਖਦਾ ਹੈ ਵੀ ਫਲਾਣਾ ਆਦਮੀ ਮੇਰਾ ਮਿੱਤਰ ਬਣ ਜਾਏ, ਪਰ ਉਹਦੇ ਪਿੱਛੇ ਕੋਈ ਮਤਲਬ ਹੁੰਦਾ ਹੈ। ਜੇ ਇੱਥੋਂ ਦਾ ਆਫੀਸਰ ਮੇਰਾ ਮਿੱਤਰ ਬਣ ਜਾਏ, ਮੇਰੇ ਕੰਮ ਸੌਖੇ ਹੋ ਜਾਣਗੇ। ਦੁਨੀਆਂ ਅੰਦਰ ਮਿੱਤਰਤਾ ਜਿੰਨੀ ਹੈ ਨਾ, ਉਹ ਲੋੜ ਦੀ ਹੈ, ਆਪਣੀ ਲੋੜ ਪਿੱਛੇ ਦੁਨੀਆਂ ਅੰਦਰ ਮਿੱਤਰ ਬਣਦੇ ਨੇ। ਸਤਿਗੁਰੂ ਨੇ ਵੀ ਆਖਿਆ, ਸੁਖ ਮਯਾਨ ਬਹੁਤ ਮਿਲ ਬੈਠਤ, ਰਹਿਤ ਚਹੁ ਦਿਸ ਗੇਰੇ। ਸਾਰੇ ਮਿੱਤਰ ਜਿਹੜੇ ਨੇ, ਇਹਨਾਂ ਦਾ ਪਰਖ, ਇਹਨਾਂ ਦੀ ਪਛਾਣ ਪਤਾ ਲੱਗਦਾ ਦੁੱਖ ਵੇਲੇ। ਹੁਣ ਗੁਰੂ ਨੇ ਲਫਜ਼ ਕਿਉਂ ਵਰਤਿਆ ਜਿੱਥੋਂ ਮੈਂ ਚੱਲਿਆ ਸਾਂ, ਕਿ ਸਤਿਗੁਰ ਮਿੱਤਰ ਮੇਰਾ ਬਾਲ ਸਿਖਾਈ। ਬਚਪਨ ਦੀ ਮਿੱਤਰਤਾ ਉਹ ਹੁੰਦੀ ਹੈ ਜਿਹਦੇ ਪਿੱਛੇ ਕੋਈ ਇਹ ਨਹੀਂ ਹੁੰਦਾ ਵੀ ਇਹ ਚੰਗਾ ਹੈ ਕਿ ਮਾੜਾ ਹੈ, ਵੱਡਾ ਅਮੀਰ ਆਦਮੀ ਹੈ ਕਿ ਗਰੀਬ ਆਦਮੀ ਹੈ। ਗਰੀਬ ਦਾ ਬੱਚਾ ਅਮੀਰ ਦੇ ਬੱਚੇ ਦਾ ਮਿੱਤਰ ਹੋ ਸਕਦਾ, ਐਸਾ ਅਸੀਂ ਦੇਖਦੇ ਹਾਂ। ਇਹਨੂੰ ਕਹਿੰਦੇ ਨੇ ਬਾਲ ਸਿਖਾਈ, ਕੋਈ ਲੋੜ ਨਹੀਂ ਕੋਈ ਕਿਸੇ ਮਤਲਬ ਪਿੱਛੇ। ਬਚਪਨ ਦੀ ਮਿੱਤਰਤਾ ਜਿਹੜੀ ਹੁੰਦੀ ਹੈ ਉਹ ਇਹ ਜੀ ਨਿਕਲੰਕ ਅਤੇ ਨਿਰਲੋਭ ਹੁੰਦੀ ਹੈ ਕਿ ਉਹਦੇ ਪਿੱਛੇ ਕੋਈ ਆਪਣਾ ਮਤਲਬ ਨਹੀਂ ਖੜਾ ਹੁੰਦਾ। ਅਤੇ ਅਸੀਂ ਗੁਰੂ ਕਹਿੰਦੇ ਨੇ ਜਦੋਂ ਵੱਡਾ ਹੋ ਜਾਂਦਾ ਨਾ, ਫਿਰ ਵੇਖਦਾ ਕੀ ਹੈ, ਕਹਿੰਦਾ ਰੱਬ ਨੂੰ ਵੀ ਮਿੱਤਰ ਬਣਾਵਾਂ ਅਤੇ ਵੇਖਾਂ ਵੀ ਉਹ ਦਿੰਦਾ ਕੀ ਹੈ। ਸਤਿਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ ਆਪਣੇ ਲੋਭ ਕੋ ਕਿਨੋ ਮੀਤ। ਅਸੀਂ ਆਪਣੇ ਲੋਭ ਲਾਲਚ ਲਈ ਮਿੱਤਰ ਬਣਾਉਂਦੇ ਹਾਂ ਰੱਬ ਨੂੰ, ਪਰ ਇੱਕ ਖਿਆਲ ਕਰਿਓ, ਗੁਰੂ ਕਹਿੰਦੇ ਨੇ ਗੁਰੂ ਇੱਕ ਇਹੋ ਜਿਹਾ ਮਿੱਤਰ ਹੈ ਜਿਹਨੂੰ ਤੁਹਾਡੇ ਕੋਲੋਂ ਕੋਈ ਲੋਭ ਨਹੀਂ। ਉਹ ਬਿਲਕੁਲ ਨਹੀਂ ਕਹਿੰਦਾ ਮੇਰੇ 'ਤੇ ਕੀਮਤੀ ਰੁਮਾਲਾ ਚੜ੍ਹਾਈ ਤਾਂ ਹੀ ਮੈਂ ਤੇਰਾ ਮਿੱਤਰ ਹਾਂ। ਉਹ ਬਿਲਕੁਲ ਨਹੀਂ ਕਹਿੰਦਾ ਕਿ ਮੇਰੇ ਅੱਗੇ ਇੰਨੀ ਭੇਟਾ ਰੱਖੀ ਤਾਂ ਆਈ, ਕਿਉਂਕਿ ਬਾਲ ਸਖਾਈ ਮਿੱਤਰ ਹੈ, ਨਿਰਲੋਭ ਮਿੱਤਰ ਹੈ। ਅਤੇ ਗੁਰੂ ਇਹੋ ਗੱਲ ਬਾਣੀ ਵਿੱਚ ਕਹਿੰਦੇ ਨੇ,
ਜੇ ਇਹੋ ਜਿਹਾ ਮਿੱਤਰ ਜਿਹਨੂੰ ਲੋਭ ਕੋਈ ਨਹੀਂ, ਉਹ ਕਦੀ ਮਾੜੀ ਮੱਤ ਨਹੀਂ ਦੇਗਾ। ਅਤੇ ਇਸ ਲਈ ਦੁਰਮਤ ਨੂੰ ਛੱਡ ਕੇ ਗੁਰਮਤ ਵਾਲੇ ਪਾਸੇ ਆਉਣਾ ਹੈ। ਅੱਜ ਦਾ ਸ਼ਬਦ ਇਸੇ ਗੱਲ ਦਾ ਪਸਾਰਾ ਹੈ। ਇਸ 8 ਲਾਈਨਾਂ ਦੇ ਸ਼ਬਦ ਨੇ, ਤੁਸੀਂ ਕਦੀ ਵੰਡ ਵੇਖੋ, 4 ਲਾਈਨਾਂ ਵਿੱਚ ਪ੍ਰੋਬਲਮ ਦਾ, ਰੋਗ ਦਾ ਜ਼ਿਕਰ ਹੈ ਪਹਿਲੀਆਂ 4 ਲਾਈਨਾਂ ਵਿੱਚ। ਅਤੇ ਗੁਰੂ ਇਹ ਜਾਣੇ ਕਿ ਸਿਰਫ ਦੁੱਖ ਹੀ ਦੱਸੇ, ਉਹਦਾ ਇਲਾਜ ਵੀ ਦੱਸਦਾ ਹੈ। ਇਹ ਨਹੀਂ ਵੀ ਡਰਾਵਾ ਹੀ ਦੇਵੇ, ਹੱਲ ਵੀ ਦੱਸਦਾ ਹੈ। ਗੁਰੂ ਨੇ ਇਸੇ ਲਈ ਆਪਣੀ ਰਸਨਾ ਤੋਂ ਇੱਕ ਥਾਂ 'ਤੇ ਕਹਿ ਦਿੱਤਾ, ਕਹਿਣ ਲੱਗੇ ਜਿਹੜਾ ਵੈਦ ਤਾਂ ਉਹ ਹੈ ਜਿਹੜਾ ਰੋਗ ਵੀ ਬੁੱਝੇ ਅਤੇ ਦਾਰੂ ਵੀ ਬੁੱਝੇ। ਇਹ ਨਹੀਂ ਕਿ ਸਿਰਫ ਰੋਗ ਦੱਸ ਦੇਵੇ, ਦਵਾਈ ਮੇਰੇ ਕੋਲ ਕੋਈ ਨਹੀਂ। ਪਰ ਗੁਰੂ ਕਹਿੰਦੇ ਨਹੀਂ, ਰੋਗ ਦਾਰੂ ਦੋਵੇਂ ਬੁੱਝੇ, ਧੋਖਲਾ ਵੀ ਦੱਸੇ ਵੀ ਤੂੰ ਇੱਥੋਂ ਗਰਕ ਹੋ ਰਿਹਾ, ਇੱਥੋਂ ਬਰਬਾਦ ਹੋ ਰਿਹਾ, ਅਤੇ ਫਿਰ ਇਹ ਵੀ ਦੱਸੇ ਕਿ ਇਸ ਬਰਬਾਦੀ ਤੋਂ ਬਚ ਕਿਵੇਂ ਸਕਣਾ, ਬਚਾਉਣ ਵਾਲਾ ਕੌਣ ਹੈ, ਦੋਨੋਂ ਚੀਜ਼ਾਂ ਦੱਸਦਾ। ਹੁਣ ਇਸ ਸ਼ਬਦ ਦੀਆਂ ਪਹਿਲੀਆਂ 4 ਲਾਈਨਾਂ ਨੇ ਜਿਹਦੇ ਵਿੱਚ ਰੋਗ ਦਾ ਮਸਲਾ ਹੈ। ਕਹਿੰਦੇ ਨੇ ਆਪਣੀ ਰਸਨਾ ਤੋਂ, ਸਾਧੋ ਕੌਣ ਜੁਗਤ ਅਬ ਕੀਜੀਏ, ਬੜਾ ਦੁਖੀ ਆ। ਦੁਨੀਆਂ ਦੇ ਲੋਕਾਂ ਵੱਲ ਦੇਖਣਾ, ਕੋਈ ਤੀਰਥਾਂ 'ਤੇ ਜਾ ਰਿਹਾ ਹੈ, ਕੋਈ ਦਾਨ ਪੁੰਨ ਕਰ ਰਿਹਾ ਹੈ, ਕੋਈ ਜਲ ਧਾਰੇ ਕਰ ਰਿਹਾ ਹੈ, ਕੋਈ ਪੁੱਠਾ ਲਟਕ ਰਿਹਾ ਹੈ, ਕੀ ਇਸ ਤਰੀਕੇ ਨਾਲ ਇਸ ਯੁਕਤੀ ਨਾਲ ਦੁਰਮਤ ਦਾ ਦੁੱਖ ਖਤਮ ਹੋ ਸਕਦਾ ਹੈ? ਕਹਿਣ ਲੱਗੇ ਨਹੀਂ, ਨਹੀਂ ਖਤਮ ਹੋ ਸਕਦਾ। ਅਤੇ ਫਿਰ ਕਿਵੇਂ ਖਤਮ ਕਰ, ਕੋਈ ਯੁਕਤੀ ਦੱਸੋ ਜਿਹੜੀ ਚੀਜ਼ ਤੋਂ ਮਨੁੱਖ ਪਰੇਸ਼ਾਨ ਹੋ ਜਾਏ, ਉਹਦੇ ਬਾਰੇ ਪੁੱਛਦਾ ਨਾ ਬਈ, ਕੋਈ ਯੁਗਤ ਕੋਈ ਤਰੀਕਾ ਦੱਸ। ਸਾਧੋ ਕੌਣ ਯੁਗਤ ਅਬ ਕੀਜੈ, ਜੇ ਇਹ ਸਾਰੀਆਂ ਯੁਗਤਾਂ ਕਰਨ ਵਾਲੇ ਫਿਰ ਦੁਰਮਤ ਵਿੱਚ ਫਸੇ ਹੋਏ ਨੇ ਅਤੇ ਫਿਰ ਮੈਨੂੰ ਤੂੰ ਦੱਸ ਕਿਹੜੀ ਯੁਗਤੀ ਕਰਾਂ ਕਿ ਇਸ ਦੁਰਮਤ ਤੋਂ ਬਚ ਜਾਵਾਂ। ਸਾਧੋ ਕੌਣ ਜੁਗਤ ਅਬ ਕੀਜੈ, ਜਾਤੇ ਦੁਰਮਤ ਸਗਲ ਬਿਨਾਸੇ, ਰਾਮ ਭਗਤ ਮਨ ਬੀਜੈ। ਮੇਰਾ ਮਨ ਰਾਮ ਦੀ, ਪ੍ਰਭੂ ਦੀ ਭਗਤੀ ਵੱਲ ਲੱਗ ਜਾਏ, ਮੈਨੂੰ ਉਹ ਜੁਗਤੀ ਦੱਸ, ਕਿਸੇ ਤਰ੍ਹਾਂ ਮੇਰੀ ਇਹ ਦੁਰਮਤ ਖਤਮ ਹੋ ਜਾਏ। ਕਿਉਂ ਨਹੀਂ ਖਤਮ ਹੋ ਰਹੀ, ਇਹਦੇ 'ਤੇ ਰੋਗ ਦੱਸਿਆ ਜਾ ਰਿਹਾ, ਕਿਉਂ ਨਹੀਂ ਖਤਮ ਹੋ ਰਹੀ? ਕਹਿਣ ਲੱਗੇ ਮਨ ਮਾਇਆ ਮੈਂ ਉਰਜ ਰਹੇ ਹੈ, ਬੁੱਝੈ ਨਾ ਕਿਛ ਗਿਆਨਾ। ਗੁਰੂ ਕੋਲ ਜਾਣਾ ਵੀ ਆ, ਗੁਰੂ ਸਮਰਾਉਂਦਾ ਸਮਝਾਉਂਦਾ ਹੀ ਆ, ਪਰ ਫਿਰ ਵੀ ਗਿਆਨ ਨਹੀਂ ਆਉਂਦਾ। ਮਨ ਮਾਇਆ ਮੈਂ ਉਰਜ ਰਹੇ ਹੈ, ਬੁੱਝੈ ਨਾ ਕਿਛ ਗਿਆਨਾ। ਕਹਿਣ ਲਈ ਕੌਣ ਨਾਮ ਜਗ ਜਾ ਕੇ ਸਿਮਰੇ ਪਾਵੇ ਪਦ ਨਿਰਵਾਣਾ। ਸੰਸਾਰ ਸਾਰਾ ਗਰਕ ਹੋ ਰਿਹਾ ਹੈ ਦੁਰਮਤ ਵਿੱਚ, ਬੁਰਾਈਆਂ ਵਿੱਚ, ਮੈਨੂੰ ਦੱਸ ਕਿਹੜਾ ਨਾਮ ਸਿਮਰਾਂ, ਕਿਹੜੀ ਜੁਗਤ ਵਰਤਾਂ ਕਿ ਮੈਂ ਉਸ
ਤੂੰ ਦੁਰਮਤ ਤੋਂ ਬਚ ਜਾਵਾਂ, ਨਿਰਵਾਣ ਪਦੀ ਮਿਲ ਜਾਏ। ਹੁਣ ਚਾਰ ਲਾਈਨਾਂ ਵਿੱਚ ਰੋਗ ਦਾ ਜ਼ਿਕਰ ਹੈ, ਹੁਣ ਬਾਕੀ ਦੀਆਂ ਚਾਰ ਲਾਈਨਾਂ ਵਿੱਚ ਜਵਾਬ ਹੈ। ਕਹਿਣ ਲੱਗੇ ਇੱਕੋ ਤਰੀਕਾ ਹੈ, ਜਦੋਂ ਮੈਂ ਤੂੰ ਬੇਨਤੀ ਕੀਤੀ ਨਾ, ਜਦੋਂ ਆਪਣਾ ਤੋਖਲਾ ਅਤੇ ਆਪਣਾ ਫਿਕਰ ਚਿੰਤਾ ਦਾ ਇਜ਼ਹਾਰ ਕੀਤਾ ਤਾਂ ਉਦੋਂ ਕੀ ਹੋਇਆ? ਭੈ ਦਿਆਲ ਕਿਰਪਾਲ ਸੰਤ ਜਨ ਤਬ ਇਹ ਬਾਤ ਬਤਾਈ। ਲਓ ਹੁਣ ਜੁਗਤ ਦੱਸੀ, ਜਦੋਂ ਤੂੰ ਆਪਣਾ ਤੋਖਲਾ ਜ਼ਾਹਿਰ ਕੀਤਾ, ਜਦੋਂ ਤੂੰ ਫਿਕਰ ਅਤੇ ਚਿੰਤਾ ਆਪਣੇ ਮਾਲਕ ਅੱਗੇ ਰੱਖੀਆਂ, ਤਾਂ ਗੁਰੂ ਨੇ ਉਦੋਂ ਤੈਨੂੰ ਇੱਕ ਗੱਲ ਸਮਝਾਈ। ਹੁਣ ਦੂਜਾ ਪੱਖ ਆ ਗਿਆ ਇਸੇ ਸ਼ਬਦ ਦਾ। ਕਹਿਣ ਲੱਗੇ ਭੈ ਦਿਆਲ ਕਿਰਪਾਲ ਸੰਤ ਜਨ ਤਬ ਇਹ ਬਾਤ ਬਤਾਈ। ਅਤੇ ਬਾਤ ਕੀ ਸੀ? ਬੜੀ ਦੁਅਰਫੀ ਬਾਤ ਇਹ ਸੀ ਕਿ ਸਰਬ ਧਰਮ ਮਾਨੋ ਤੇ ਕੀ ਏ ਜੈ ਪ੍ਰਭ ਕੀਰਤ ਗਾਈ ਭਲਿਆ। ਇੱਕੋ ਪ੍ਰਭੂ ਦੀ ਸਿਫਤ ਸਲਾਹਕਾਰ, ਹੋਰ ਕਿਸੇ ਵੀ ਜੁਗਤ ਦੀ ਲੋੜ ਕੋਈ ਨਹੀਂ। ਕਿੱਡਾ ਸਰਲ ਤਰੀਕਾ ਹੈ, ਮਾਨੋ ਸਾਰੇ ਹੀ ਸਰ ਕਰਮ ਧਰਮ। ਪੁੱਠੇ ਲਟਕਣ ਵਾਲਾ ਵੀ ਆਖਦਾ ਮੈਂ ਧਰਮ ਕਰ ਰਿਹਾ, ਜਲ ਧਾਰੇ ਕਰਨ ਵਾਲਾ ਧੁਣੀਆਂ ਤਾਪਣ ਵਾਲੇ ਵੀ ਆਖਦਾ ਮੈਂ ਧਰਮ ਕਰ ਰਿਹਾ। ਸਤਿਗੁਰੂ ਨੂੰ ਤਾਂ ਇੱਥੋਂ ਤੱਕ ਕਹਿ ਦਿੱਤਾ। ਕਹਿਣ ਲੱਗੇ ਸਭ ਕੋ ਪੂਰਾ ਆਪੇ ਹੋਵੇ, ਘੱਟ ਨਾ ਕੋਈ ਆਖੇ। ਕੋਈ ਨਹੀਂ ਕਹਿੰਦਾ ਕਿ ਮੈਨੂੰ ਧਰਮ ਦਾ ਪਤਾ ਨਹੀਂ, ਘਾਟ ਨਾ ਕਿ ਨਹੀਂ ਕਹਾਇਆ, ਸਭ ਕਹਿਤੇ ਹੈ ਪਾਇਆ। ਸਾਰੇ ਕਹਿੰਦੇ ਨੇ ਰੱਬ ਇਉਂ ਮਿਲਦਾ ਪਰ ਨਹੀਂ ਮਿਲਿਆ, ਮੈਨੂੰ ਜੁਗਤੀ ਦੱਸੋ। ਅਤੇ ਗੁਰੂ ਕਹਿਣ ਲੱਗੇ ਕਿਸੇ ਵੀ ਸਰ ਧਰਮ ਦੀ ਨਾ ਪੁੱਠਾ ਲਟਕਣ ਦੀ, ਨਾ ਜਲ ਧਾਰੇ ਕਰਨ ਦੀ, ਨਾ ਧੂਣੀਆਂ ਤਾਪਣ ਦੀ, ਕੋਈ ਵੀ ਕਿਸੇ ਕੰਮ ਦੀ ਲੋੜ ਨਹੀਂ। ਜਿਸ ਦਿਨ ਤੂੰ ਪ੍ਰਭੂ ਦੀ ਸਿਫਤ ਸਲਾਹ ਵਿੱਚ ਲੱਗ ਪਿਓ, ਸਮਝ ਲਈ ਵੀ ਮੈਂ ਸਾਰੇ ਹੀ ਪੁੰਨ ਕਰ ਲਏ, ਸਾਰੇ ਹੀ ਧਰਮ ਕਰ ਲਏ। ਸਰਬ ਧਰਮ ਮਾਨੋ ਤੇ ਕੀ ਹੈ ਜੈ ਪ੍ਰਭ ਕੀਰਤ ਗਾਈ। ਇਸ ਲਈ ਭਲਿਆ ਇੱਕ ਖਿਆਲ ਕਰ, ਇਹਦੇ ਵਿੱਚ ਵੀ ਕੀਰਤ ਗਾਉਣ ਵਿੱਚ ਵੀ ਇੱਕ ਸ਼ਰਤ ਹੈ। ਲਓ ਉਹ ਆਖਰੀ ਤੁਕ ਹੈ ਇਸ ਸ਼ਬਦ ਦੀ, ਕਹਿੰਦੇ ਨੇ ਇਹਦੇ ਵਿੱਚ ਵੀ ਇੱਕ ਸ਼ਰਤ ਹੈ, ਕਿਉਂਕਿ ਨਿਰਾ ਗਾਉਣ ਦਾ ਮਸਲਾ ਆਵੇ ਤਾਂ ਫਿਰ ਗੁਰੂ ਨੇ ਇਹ ਕਿਉਂ ਆਖ ਦਿੱਤਾ, ਕੋਈ ਗਾਵੇ ਰਾਗੀ ਨਾਦੀ ਬੇਦੀ ਬੋ ਬਹੰਤ ਕਰ ਨਹੀਂ ਹਰ ਹਰ ਭੀਜੇ ਰਾਮ ਰਾਜੇ। ਕਿਉਂ? ਕਿਉਂਕਿ ਜਿੰਨਾ ਅੰਤਰ ਕਪਟ ਵਿਕਾਰ ਹੈ, ਅੰਦਰ ਤਾਂ ਕਪਟ ਵਿਕਾਰ ਬੈਠੇ ਬੈਠੇ ਨੇ, ਬਾਹਰੋਂ ਗਾ ਰਿਹਾ। ਇਸ ਦਾ ਜਵਾਬ ਆਖਰੀ ਤੁਕ ਵਿੱਚ ਹੈ। ਕਹਿਣ ਲੱਗੇ ਰਾਮ ਨਾਮ ਨਰ ਨਿਸਬਾਸਰ ਮੈਂ ਨਿਮਖ ਏਕ ਉਰ ਧਾਰੇ। ਆਹ ਇੱਕ ਲਫ਼ਜ਼ ਸਮਝਣਾ, ਉਰ ਕਹਿੰਦੇ ਨੇ ਹਿਰਦੇ ਵਿੱਚ। ਰਾਮ ਸਿਰਫ ਕਹਿਣਾ ਨਹੀਂ ਰਾਮ ਰਾਮ, ਰਾਮ ਸਿਰਫ ਕਹਿਣਾ ਹੀ ਨਹੀਂ, ਵਾਹਿਗੁਰੂ ਵਾਹਿਗੁਰੂ। ਕਈ ਕਈ ਘੰਟੇ ਤੂੰ ਬੈਠਾ ਵਾਹਿਗੁਰੂ ਵਾਹਿਗੁਰੂ ਕਰਦਾ ਰਹੇ, ਪਰ ਉਹ ਜ਼ਬਾਨ ਤੱਕ ਹੀ ਕਰਦਾ ਰਹੇ। ਰਸਨਾ ਨਾਮ
ਸਭ ਕੋਈ ਕਹੇ ਗੁਰਮੁਖ ਭੇਦ ਵਿਰਲਾ ਕੋਲ ਹੈ। ਗੁਰਬਾਣੀ ਅੰਦਰ ਕਹਿਣ ਲੱਗੇ ਸੁਨਿਰਾ ਜ਼ਬਾਨੋਂ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਕਹਿਣ ਦਾ ਮਸਲਾ ਨਹੀਂ, ਵਾਹਿਗੁਰੂ ਨੂੰ ਹਿਰਦੇ ਵਿੱਚ ਟਿਕਾਉਣਾ ਹੈ, ਹਿਰਦੇ ਵਿੱਚ ਥਾਂ ਦੇਣੀ ਹੈ। ਹਿਰਦੇ ਵਿੱਚ ਤਾਂ ਤੂੰ ਸੰਸਾਰ ਲਈ ਬੈਠਾ ਹੈ। ਗੁਰੂ ਨੇ ਬਾਣੀ ਵਿੱਚ ਇੱਕ ਥਾਂ 'ਤੇ ਲਫ਼ਜ਼ ਕਹਿਣ ਲੱਗੇ, ਦਿਲ ਮੈਂ ਜਾਣੋ ਸਭ ਫਿਲਹਾਲ ਆ। ਜਦੋਂ ਮੈਂ ਦਿਲ ਵਿੱਚ ਵੇਖਣਾ ਤਾਂ ਮੈਨੂੰ ਸਾਰਾ ਫਿਲਹਾਲਾ ਦਾ ਮਤਲਬ ਹੁੰਦਾ ਹੈ, ਉਹ ਜਿਹੜੀ ਚੀਜ਼ ਫਿਲਹਾਲ ਹੈ ਦੁਨੀਆ ਚੀਜ਼ ਫਿਲਹਾਲ ਸਗਲੇ ਸੱਚ ਸੁਖ ਤੇਰਾ ਨਾਉ। ਇਹ ਸੰਸਾਰ ਜਿੰਨਾ ਹੈ, ਇਹਦੇ ਜਿੰਨੇ ਮਹੱਲ ਮਾੜੀਆਂ ਨੇ, ਜਿੰਨੇ ਸੁੱਖ ਦੇ ਸਮਾਨ ਤੂੰ ਦੇਖਣਾ, ਇਹ ਸਾਰੇ ਫਿਲਹਾਲ ਨੇ, ਹੁਣ ਹੈਨ, ਅਗਲੇ ਪਲ ਪਤਾ ਨਹੀਂ ਹੋਣਗੇ ਕਿ ਨਹੀਂ। ਫਿਲਹਾਲ ਦਾ ਮਤਲਬ ਹੁੰਦਾ ਹੁਣ, ਹੁਣ ਹੈਨ, ਅਗਲੇ ਪਲ ਪਤਾ ਨਹੀਂ ਹੋਣਗੇ ਕਿ ਨਹੀਂ। ਪਰ ਕਹਿਣ ਲੱਗੇ ਮੈਂ ਤੇਰੇ ਦਿਲ ਅੰਦਰ ਕੀ ਦੇਖਣਾ, ਵੀ ਸਾਰਾ ਫਿਲਹਾਲਾ, ਸਾਰੀ ਦੁਨੀਆ ਦੇ ਪਦਾਰਥ ਤਾਂ ਤੇਰੇ ਅੰਦਰ ਬੈਠੇ ਨੇ, ਤੇਰੇ ਅੰਦਰ ਗਿਆਨ ਗੁਰੂ ਦਾ ਸ਼ਬਦ ਕਿਵੇਂ ਜਾਵੇ। ਔਰ ਇਹੋ ਹੀ ਗੱਲ ਆਖਰੀ ਲਾਈਨ ਵਿੱਚ ਕਹਿਣ ਲੱਗੇ, ਰਾਮ ਨਾਮ ਨਰ ਨਿਸ ਬਾਸਰ ਮੈਂ ਨਿਮਖ ਏਕ ਉਰਧਾਰੇ। ਜੇ ਭਲਾ ਤੂੰ ਇੱਕ ਪਲ ਵੀ ਅੰਦਰ ਰੱਬ ਨੂੰ ਟਿਕਾ ਲਵੇਂ, ਅੰਦਰ ਥਾਂ ਦੇਵੇਂ, ਅਤੇ ਉਹ ਵਾਹਿਗੁਰੂ ਤੇਰੇ ਅੰਦਰ ਬੈਠ ਜਾਏ, ਫਿਰ ਜਮਾਂ ਦਾ ਭਾਉ ਵੀ ਖਤਮ ਹੋ ਜਾਏਗਾ, ਤੇਰਾ ਜੀਵਨ ਦਾ ਸੁਧਾਰ ਵੀ ਹੋ ਜਾਏਗਾ। ਗੁਰੂ ਆਪਣੀ ਰਸਨਾ ਤੋਂ ਪਹਿਲੇ ਚਾਰ ਲਾਈਨਾਂ ਅੰਦਰ ਤੋਖਲਾ ਦੱਸ ਰਹੇ ਨੇ, ਰੋਗ ਦੱਸ ਰਹੇ ਨੇ, ਅਤੇ ਆਖਰੀ ਚਾਰ ਤੁਕਾਂ ਅੰਦਰ ਚਾਰ ਲਾਈਨਾਂ ਵਿੱਚ ਉਹਦਾ ਇਲਾਜ ਦੱਸ ਰਹੇ ਨੇ। ਕਹਿੰਦੇ ਨੇ ਇਉਂ ਦੁਰਮਤ ਖਤਮ ਹੋਏਗੀ ਅਤੇ ਗੁਰਮਤ ਆਵੇਗੀ। ਕੋਸ਼ਿਸ਼ ਕਰਾਂਗੇ ਸਵੇਰ ਕੱਲ੍ਹ ਨੂੰ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਵੀ ਮਨਾਉਣਾ ਹੈ। ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਕੀ ਹੈ? ਗੁਰਮਤ, ਗੁਰਮਤ ਨੂੰ ਇਕੱਤਰ ਕਰਕੇ ਸੰਗ੍ਰਹਿ ਕਰਕੇ ਸਾਡੀ ਝੋਲੀ ਪਾਇਆ ਗਿਆ, ਤਾਂ ਕਿ ਸਿੱਖ ਜਿਹੜਾ ਹੈ ਉਹਦੇ ਵਿੱਚ ਦੁਰਮਤ ਨਾ ਰਹੇ। ਇਹ ਆਪਾਂ ਸਵੇਰੇ ਵਿਚਾਰਾਂਗੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਿਉਂ ਹੋਇਆ ਅਤੇ ਕਿਵੇਂ ਹੋਇਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਹੈ, ਉਹੋ ਹੀ ਬਰਕਤ ਹੈ ਜਿਹਦਾ ਜ਼ਿਕਰ ਅੱਜ ਗੁਰੂ ਤੇਗ ਬਹਾਦਰ ਪਾਤਸ਼ਾਹ ਕਰ ਰਹੇ ਨੇ। ਅਤੇ ਕਹਿੰਦੇ ਨੇ ਭਲਿਆ ਜੇ ਤੂੰ ਗੁਰੂ ਸ਼ਬਦ, ਗੁਰੂ ਗਿਆਨ ਹਿਰਦੇ ਵਿੱਚ ਟਿਕਾ ਲੈ, ਵਿਸ਼ਵਾਸ ਕਰ, ਅਤੇ ਦੁਰਮਤ ਨੇ ਤੇਰੇ ਅੰਦਰ ਐਸੇ ਹਾਲਾਤ ਪੈਦਾ ਕਰ ਦਿੱਤੇ ਨੇ ਕਿ ਤੂੰ ਰਾਮ ਜਪਣਾ ਪਰ ਗਿਆਨ ਨਹੀਂ ਲੈਂਦਾ, ਮਨ ਮਾਇਆ ਮੈਂ ਉਲਝ ਰਹੇ ਹੈ, ਬੂਝੈ ਨਾ ਕਿਛ ਗਿਆਨਾ। ਤੂੰ ਬਾਣੀ ਪੜ੍ਹਨਾ ਹੈ, ਬਾਣੀ ਸੁਣਨਾ ਹੈ, ਪਰ ਗਿਆਨ ਨਹੀਂ ਹਾਸਲ ਕਰਦਾ। ਇੱਕ ਕੰਨ ਰਸ ਰਹਿ ਗਿਆ ਹੈ, ਉਹਦਾ ਨਤੀਜਾ ਇਹ ਨਿਕਲਿਆ ਕਿ ਉਹ ਦੁਰਮਤ ਜਿਹੜੀ ਮਾਂ ਸੀ ਉਹਦੇ ਜੀਵਨ ਦੇ ਨਾਲ ਤੇਰਾ ਅਤੁੱਟ ਰਿਸ਼ਤਾ ਹੋ ਗਿਆ। ਮਨ ਮਾਇਆ ਮੈਂ ਉਲਝ ਰਹੇ ਹੈ, ਬੂਝੈ ਨਹੀਂ ਕਿਛ ਗਿਆਨਾ। ਹੁਣ ਕਹਿ ਆਖ ਜੀ, ਹੁਣ ਫਿਰ ਕਿਹੜੀ ਜੁਗਤ ਕਰਾਂ ਕਿ ਮੇਰਾ ਮਨ ਉੱਧਰੋਂ ਹਟੇ ਅਤੇ ਗੁਰਮਤ ਵੱਲ ਲੱਗ ਜਾਏ? ਇਹਦਾ ਜਵਾਬ ਆਪਾਂ ਸਵੇਰੇ ਮੰਗਾਂਗੇ। ਗੁਰੂ ਕਹਿੰਦੇ ਨੇ ਸਾਧੋ ਕੌਣ ਜੁਗਤ ਆਪ ਕੀ ਜੈ,
ਗੁਰਮਤ ਵੀ ਇੰਨੀ ਕਮਜ਼ੋਰ ਨਹੀਂ, ਉਹ ਬੜੀ ਬਲਵਾਨ ਹੈ, ਛੇਤੀ ਨਾਲ ਛੱਡ ਕੇ ਜਾਣ ਵਾਲੀ ਨਹੀਂ। ਮਨੁੱਖ ਦੁਰਮਤ ਦੇ ਵਿੱਚ ਗ੍ਰਸਿਆ ਹੋਇਆ ਗੁਰਮਤ ਨੂੰ ਪਛਾੜ ਰਿਹਾ ਹੈ। ਅੱਜ ਦਾ ਦੁਖਾਂਤ ਇਹੋ ਹੀ ਹੈ, ਦੁਰਮਤ ਦਾ ਇੰਨਾ ਪ੍ਰਭਾਵ ਸੰਸਾਰ 'ਤੇ ਹੈ। ਅਸੀਂ ਦੇਖਦੇ ਹਾਂ ਸਭ ਕੁਝ, ਤੁਸੀਂ ਰੋਜ਼ਾਨਾ ਦੇਖਦੇ ਹੋ ਦੁਰਮਤ ਦੀ ਦੁਨੀਆ ਵਿੱਚ ਕਿੰਨੇ ਕੁ ਲੋਕ ਆਉਣ ਵਾਲੇ ਨੇ। ਗੁਰੂ ਬਖਸ਼ਿਸ਼ ਕਰੇ, ਜਦੋਂ ਮੈਂ ਦੇਖਣਾ ਅਤੇ ਗਿਣਤੀ ਵੇਖਣਾ ਨੌਜਵਾਨ ਬੱਚਿਆਂ ਵਿੱਚੋਂ, ਜਾਂ ਆਹ ਸਿੰਘ ਬੈਠਾ, ਜਾਂ ਦੋ ਬੱਚੀਆਂ ਬੈਠੀਆਂ ਨੇ, ਬਜ਼ੁਰਗ ਬੈਠੇ ਨੇ। ਆਉਣ ਵਾਲਾ ਭਵਿੱਖ ਸਾਡਾ ਤਾਂ ਇਹ ਬੱਚੇ ਨੇ। ਸਾਨੂੰ ਆਪਣੇ ਭਵਿੱਖ ਦਾ ਤੋਂ ਖਿਲਾਫ ਫਿਕਰ ਕਰਨਾ ਚਾਹੀਦਾ ਕਿ ਸਾਡੇ ਬੱਚੇ ਜੇ ਗੁਰਬਾਣੀ ਗੁਰਮਤ ਨਾਲ ਨਹੀਂ ਜੁੜਨਗੇ ਤਾਂ ਸਾਡਾ ਆਉਣ ਵਾਲਾ ਕੌਮੀ ਭਵਿੱਖ ਕੀ ਹੈ। ਬਾਹਰ ਤਾਂ ਥਾਂ ਥਾਂ ਦੁਰਮਤ ਵਰਤ ਰਹੀ ਹੈ, ਸਤਿਗੁਰੂ ਨੇ ਬਾਣੀ ਵਿੱਚ ਐਵੇਂ ਨਹੀਂ ਆਖਿਆ, ਆਸ ਪਾਸ ਬਿਖਵਾ ਕੇ ਕੁੰਟਾ, ਹਰ ਪਾਸੇ ਜ਼ਹਿਰ ਹੀ ਜ਼ਹਿਰ ਹੈ, ਹਰ ਪਾਸੇ ਅੰਧੇਰਾ ਹੀ ਅੰਧੇਰਾ ਹੈ, ਕਲ ਕਾਲਖ ਅੰਧਿਆਰੀਆ, ਗੁਰ ਗਿਆਨ ਦੀਪਕ ਉਜਾਰੀਆ, ਹਰ ਪਾਸੇ ਅੰਧੇਰਾ ਹੈ। ਜਿੱਥੇ ਦੁਰਮਤ ਮਾਂ ਦਾ ਪੱਲਾ ਫੜ ਕੇ ਠੋਕਰਾਂ ਖਾਣਗੇ ਬੱਚੇ, ਜੇ ਉਹਨਾਂ ਨੂੰ ਆਪਾਂ ਗੁਰਮਤ ਨਾਲ ਨਹੀਂ ਜੋੜਾਂਗੇ। ਕੋਸ਼ਿਸ਼ ਕਰੋ ਹਰ ਮਾਂ ਹਰ ਬਾਪ ਪਿਆਰ ਨਾਲ ਵੀ ਆਹਿਸਤਾ ਆਹਿਸਤਾ ਉਹਨਾਂ ਨੂੰ ਗੁਰਮਤ ਦੇ ਰਾਹ 'ਤੇ ਸਤਸੰਗ ਵਿੱਚ ਲਿਆਉਣਾ ਸ਼ੁਰੂ ਕਰੋ, ਤਾਂ ਕਿ ਉਹਨਾਂ ਦਾ ਟੇਸਟ ਬਣ ਜਾਏ ਬਾਣੀ ਕੀ ਚੀਜ਼ ਹੈ, ਸ਼ਬਦ ਕੀ ਚੀਜ਼ ਹੈ, ਤਾਂ ਕਿ ਉਹ ਦੁਰਮਤ ਤੋਂ ਬਚ ਸਕਣ। ਇਹ ਵੀ ਇੱਕ ਜੁਗਤ ਹੈ। ਗੁਰੂ ਕਿਉਂ ਕਹਿੰਦੇ ਨੇ ਸਾਧੋ ਕੌਣ ਜੁਗਤ ਅਬ ਕੀਜੈ। ਮੈਂ ਦੇਖਣਾ ਤੀਰਥਾਂ 'ਤੇ ਇਸ਼ਨਾਨ ਕਰਨ ਵਾਲੇ
ਅਤੇ ਸੰਸਾਰ ਅੰਦਰ ਇਹੋ ਜਿਹੇ ਕਰਮ ਧਰਮ ਕਰਨ ਵਾਲੇ ਲੋਕ ਇਸ ਭੁਲੇਖੇ ਵਿੱਚ ਨੇ ਵੀ ਖੌਰੇ ਇਸ ਤਰ੍ਹਾਂ ਦੁਰਮਤ ਨੱਸ ਜਾਂਦੀ ਹੈ, ਦੁਰਮਤ ਨਹੀਂ ਨੱਸਦੀ, ਦੁਰਮਤ ਨੱਸਦੀ ਹੈ ਗੁਰੂ ਸ਼ਬਦ ਨੂੰ ਸਮਝਿਆਂ ਅਤੇ ਹਿਰਦੇ ਵਿੱਚ ਧਾਰਨ ਕਰਕੇ ਆਪਣੇ ਵਿਚਾਰ ਅਤੇ ਵਿਹਾਰ ਬਦਲਿਆ ਤਾਂ ਕਿ ਮਤ ਜਿਹੜੀ ਹੈ ਉਹ ਕੁਮਤ ਨਾ ਰਹੇ, ਉਹ ਉੱਤਮ ਮਤ ਬਣ ਜਾਏ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾਚੇ ਕਹਾਂ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।